वेलकम बैक मै मनवीर कौर ਅੱਜ ਦੀ ਮੇਰੀ ਵੀਡੀਓ ਰਿਪੋਰਟ ਲੋਕ ਸਭਾ ਚੋਣਾਂ ਦਾ ਇੱਕ ਤਰ੍ਹਾਂ ਦਾ ਐਨਾਲਿਸਿਸ ਹੈ ਪੰਜਾਬ ਨੂੰ ਮੱਦੇ ਨਜ਼ਰ ਰੱਖ ਕੇ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਲਗਾਤਾਰ ਦੋ ਵਾਰੀ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਇਸ ਵਾਰੀ ਪਪੂਲਰ ਮੰਡੇਟ ਨਹੀਂ ਹਾਸਲ ਕਰ पाए ਫ੍ਰੈਗਮੈਂਟਡ ਵੋਟਸ ਆਈਆਂ ਨੇ ਜਿਹੜਾ ਰੱਥ ਸੀ ਮੋਦੀ ਦਾ ਜਿਹਨੂੰ ਜੋਗਰ ਨਾਟ ਆਪਾਂ ਕਹਿ ਕੇ ਪਿਛਲੀਆਂ ਵੀਡੀਓਜ਼ ਦੇ ਵਿੱਚ ਬੁਲਾਇਆ ਹੈ ਉਸ ਰੱਥ ਨੂੰ ਜ਼ਰੂਰ ਰੋਲ ਕੀਤਾ ਹੈ ਇਸ ਸਮੇਂ ਰੀਜਨਲ ਪਾਰਟੀਆਂ ਨੇ ਕਾਂਗਰਸ ਨੇ ਬਹੁਤ ਵੱਡੀ ਭੂਮਿਕਾ ਨਿਭਾ ਕੇ ਇੰਡੀਆ ਅਲਾਈਅንስ ਨੇ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੀ ਖੁਸ਼ੀ ਹੈ ਪੰਜਾਬ ਦੇ ਵੋਟਰ ਜਿਹੜੇ ਨੇ ਇੱਕ ਤਾਂ ਇਸ ਲੈਵਲ ਤੇ ਖੁਸ਼ ਨੇ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਈ ਤੇ ਆਮ ਆਦਮੀ ਪਾਰਟੀ ਨੂੰ ਸਿਰਫ ਔਰ ਸਿਰਫ 3 ਸੀਟਾਂ ਹੀ ਮਿਲੀਆਂ ਨੇ ਤੇ ਦੂਸਰੀ ਉਹਨਾਂ ਨੂੰ ਖੁਸ਼ੀ ਹੈ ਕਿ ਪੰਜਾਬ ਦੇ ਵਿੱਚ ਨਵੇਂ 2 ਆਜ਼ਾਦ ਪੰਥਕ ਚਿਹਰੇ ਜਿਹੜੇ ਨੇ ਉਹ ਹੁਣ ਉਹਨਾਂ ਨੇ ਜਤਾਏ ਨਹੀਂ ਲੋਕਾਂ ਨੇ ਅਗਰ ਆਪਾਂ ਨੈਸ਼ਨਲਿਸਟਿਕ ਪ੍ਰਸਪੈਕਟਿਵ ਤੋਂ ਦੇਖੀਏ ਲੋਕ ਸਭਾ ਦੀਆਂ ਚੋਣਾਂ ਨੂੰ ਬੀਜੇਪੀ ਨੂੰ ਕੇਂਦ੍ਰਿਤ ਕਰਕੇ ਦੇਖੀਏ ਜਾਂ ਕੇਂਦਰ ਚ ਕਿਹੜੀ ਸਰਕਾਰ ਆਏਗੀ ਉਹਨੂੰ ਮੱਦੇ ਨਜ਼ਰ ਰੱਖ ਕੇ ਦੇਖੀਏ ਤਾਂ ਪੰਜਾਬੀ ਖੁਸ਼ ਨੇ ਕਿ ਮੋਦੀ ਨੂੰ ਵੋਟ ਨਹੀਂ ਪਾਈ ਤੇ ਦੂਸਰੀ ਖੁਸ਼ੀ ਉਹਨਾਂ ਦੀ ਸੇਮ ਉਹੀ ਹੈ ਕਿ ਪੰਥਕ ਚਿਹਰੇ ਜਿਹੜੇ ਨੇ ਉਹ ਨਵੇਂ ਉਹਨਾਂ ਨੂੰ ਇਦਾਂ ਲੱਗ ਰਿਹਾ ਕਿ ਨਵੇਂ ਲੀਡਰ ਆਏ ਨੇ ਦੋਨਾਂ ਦੇ ਵਿੱਚ ਇੱਕ ਚੀਜ਼ ਕਾਮਨ ਹੈ ਪੰਜਾਬ ਦੇ ਵਿੱਚ ਆਜ਼ਾਦ ਪੰਥਕ ਉਮੀਦਵਾਰਾਂ ਦਾ ਆਪਣੇ ਬਲਬੁੱਤੇ ਤੇ ਬਿਨਾਂ ਕਿਸੇ ਸੰਗਠਨ ਤੋਂ ਜਿੱਤਣਾ ਸੋ ਅੱਜ ਦੀ ਮੇਰੀ ਵੀਡੀਓ ਰਿਪੋਰਟ ਪੰਜਾਬ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਇਹਦੇ ਨਾਲ ਜਿਹੜੇ ਇੱਕ ਮਿਥ ਕ੍ਰੀਏਟ ਹੋ ਗਿਆ ਸੀ ਜਾਂ ਮੈਂ ਕਹਾ ਕਿ ਵਹਿਮ ਕ੍ਰੀਏਟ ਹੋ ਗਏ ਸੀ ਵਹਿਮ ਵੀ ਸ਼ਾਇਦ ਉੱਥੇ ਪਰਫੈਕਟ ਸ਼ਬਦ ਨਹੀਂ ਹੈ ਇਲੈਕਸ਼ਨੇਰਿੰਗ ਦੀਆਂ ਫੋਕ ਟੇਲਸ ਕ੍ਰੀਏਟ ਹੋ ਗਈਆਂ ਸੀਗੀਆਂ ਜਿਹੜੀਆਂ ਪੋਲਿਟੀਕਲ ਅਲੱਗ-ਅਲੱਗ ਥਾਵਾਂ ਤੋਂ ਆ ਰਹੀਆਂ ਸੀ ਉਹ ਆਪਾਂ 10 ਇਹੋ ਜਿਹੀਆਂ ਮਿਥ ਮੈਂ ਤੁਹਾਡੇ ਅੱਗੇ ਰੱਖਾਂਗੇ ਜਿਹੜੀਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਪੰਜਾਬ ਦੇ ਵਿੱਚੋਂ ਉਹਨਾਂ ਮਿਥਸ ਨੂੰ ਤੋੜਿਆ ਹੈ ਤੋਂ ਪਹਿਲਾਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਕਿਹੜੇ ਮਿਥ ਸੀ ਜੋ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਆਪਾਂ ਨੂੰ ਟੁੱਟੇ ਹੋਏ ਨਜ਼ਰ ਆਏ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਇਨ ਇਸ ਪੋਲਿਟিক্যাল ਸਿਨੈਰੀਓ ਦੇ ਵਿੱਚ ਜਿਹੜੀ ਆਲਮੋਸਟ 45 ਦਿਨ ਦੇ ਕਰੀਬ ਜਿਹੜੀ ਪ੍ਰੋਪਰ ਕੰਪੇਰੀੰਗ ਚੱਲੀ ਹੈਗੀ ਉਹ ਆਖਰ ਦੇ ਵਿੱਚ ਆ ਕੇ ਪੰਜਾਬ ਦੇ ਚੋਣ ਹੁੰਦੇ ਆ ਇਹ ਪੂਰੇ ਮਾਹੌਲ ਦੇ ਵਿੱਚ ਕਈ ਤਰ੍ਹਾਂ ਦੀਆਂ ਮਿੱਥਾਂ ਮਿਥਮੇਸ ਕਰਕੇ ਸ਼ਬਦ ਕਹਿ ਰਹੀਆਂ ਜਿਹਨੂੰ ਆਪਾਂ ਜਿਹਦੀ ਵੈਲੀਡਿਟੀ ਨੂੰ ਆਪਾਂ ਕੰਟੈਸਟ ਕਰ ਸਕਦੇ ਆ ਉਹ ਕੋਈ ਸੱਚਾਈ ਨਹੀਂ ਸੀ ਪਰ ਉਹ ਸੱਚਾਈ ਬਣਾ ਕੇ ਪੇਸ਼ ਕੀਤੀਆਂ ਗਈਆਂ ਜਿਵੇਂ ਕਿ ਸਭ ਤੋਂ ਪਹਿਲੀ ਮਿੱਥ ਜੋ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੇਰੇ 32 ਦੰਦ ਨੇ ਉਹਨਾਂ ਦਾ ਡੈਂਟਲ ਫਾਰਮੂਲਾ ਕਿ ਉਹਨਾਂ ਦੇ 32 ਦੰਦ ਨਹੀਂ ਉਹ ਜੋ ਕਹਿੰਦੇ ਨੇ ਉਹ ਸੱਚ ਹੁੰਦਾ ਹੈ ਆਪਾਂ ਨੂੰ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਹ ਵਹਿਮ ਟੁੱਟ ਚੁੱਕਾ ਹੈ ਕਿ 32 ਦੰਦ ਹੋਣ ਚਾਹੀਏ ਕਿੰਨੇ ਵੀ ਹੋਣ ਚਾਹੀਏ ਨਾ ਹੋਣ ਡਸਨਟ ਮੈਟਰ ਵਟ ਮੈਟਰਸ ਜੋ ਲੋਕ ਵੋਟ ਪਾਉਂਦੇ ਨੇ ਲੋਕ ਕੀ ਸੋਚਦੇ ਨੇ ਆਮ ਆਦਮੀ ਪਾਰਟੀ ਦਾ 13 0 ਬੁਰੀ ਤਰ੍ਹਾਂ ਕ੍ਰੈਸ਼ ਹੋਇਆ ਸਿਰਫ 3 ਸੀਟਾਂ ਜਿੱਤ ਪਾਈ ਨੇ ਜਿਨ੍ਹਾਂ ਤਿੰਨਾਂ ਦੇ ਵਿੱਚੋਂ ਇੱਕ ਦਲ ਬਦਲੂ ਹੈ ਜਿਹੜੇ ਰਾਜਕੁਮਾਰ ਚੱਬੀਵਾਲ ਹੁਸ਼ਿਆਰਪੁਰ ਤੋਂ ਜਿੱਤੇ ਨੇ ਦੂਸਰਾ ਬਹੁਤ ਵੱਡਾ ਮਿੱਥ ਇਹ ਕ੍ਰੀਏਟ ਹੋ ਚੁੱਕਾ ਸੀਗਾ ਜੋ ਆਮ ਆਦਮੀ ਪਾਰਟੀ ਨੇ ਵੀ ਸੋਚਿਆ ਔਰ ਕਾਂਗਰਸ ਨੇ ਵੀ ਉਹਨਾਂ ਨੇ ਆਪਣੇ ਸਿਟਿੰਗ ਐਮ ਐਲ ਏਜ਼ ਐਂਡ ਮਨਿਸਟਰ ਆਮ ਆਦਮੀ ਪਾਰਟੀ ਦੇ 13 ਕੈਂਡੀਡੇਟਸ ਦੇ ਵਿੱਚੋਂ 9 ਉਹਨਾਂ ਦੇ ਇਹੋ ਜਿਹੇ ਉਮੀਦਵਾਰ ਸੀ ਜਿਹੜੇ ਸਿਟਿੰਗ ਐਮ ਐਲ ਏ ਨੇ ਔਰ ਉਹਨਾਂ ਨੌਆਂ ਦੇ ਵਿੱਚੋਂ ਪੰਜ ਤਾਂ ਉਹਨਾਂ ਦੇ ਸਿਟਿੰਗ ਮਨਿਸਟਰ ਸੀ ਜਿਨ੍ਹਾਂ ਦੇ ਵਿੱਚੋਂ ਸਿਰਫ ਇੱਕ ਹੀ ਜਿੱਤ ਪਾਈ ਨੇ ਸੰਗਰੂਰ ਤੋਂ ਮਿੱਥੇਰ ਔਰ ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ ਵੀ ਆਪਣੇ ਸਿਟਿੰਗ ਐਮ ਐਲ ਏ ਜਿਹੜੇ ਆ ਉਹ ਉਮੀਦਵਾਰ ਬਣਾ ਕੇ ਉਤਾਰੇ ਆਪਣੇ ਸਾਹਮਣੇ ਇਹ ਮਿਥ ਜਿਹੜਾ ਸੀਗਾ ਕਿ ਜਿੱਤੇ ਹੋਏ ਖਿਡਾਰੀ ਹੀ ਦੁਬਾਰਾ ਜਿੱਤ ਸਕਦੇ ਨੇ ਉਹਨਾਂ ਦੀ ਵੋਟ ਇੱਕ ਏਰੀਏ ਦੇ ਵਿੱਚ ਪੱਕੀ ਹੁੰਦੀ ਹੈ ਉਹ ਵਾਲਾ ਮਿਥ ਆਪਣੇ ਸਾਹਮਣੇ ਟੁੱਟ ਚੁੱਕਾ ਹੈਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਸਿਟਿੰਗ ਜਿਹੜੇ ਐਮ ਐਲ ਏ ਨੂੰ ਉਹਨਾਂ ਦੇ ਵਿੱਚੋਂ ਸਿਰਫ ਇੱਕ ਜਿੱਤ ਹੋਈ ਔਰ ਕਾਂਗਰਸ ਪਾਰਟੀ ਨੇ ਅਗਰ ਉਹਨਾਂ ਨੇ ਤਿੰਨ ਉਤਾਰੇ ਸੀ ਸੁਖਜਿੰਦਰ ਰੰਧਾਵਾ ਅਮਰਿੰਦਰ ਸਿੰਘ ਜੀ ਐਂਡ देयर इज थर्ड वन ਸੁਖਪਾਲ ਖਹਿਰਾ ਸੁਖਪਾਲ ਖਹਿਰਾ ਚਾਹੇ ਲਾਸਟ ਕਰ ਗਿਆ ਪਰ ਉਹ ਦੋ ਜਿੱਤੇ ਨੇ ਇਹ ਜਿਹੜਾ ਮਿਥ ਹੈਗਾ ਇਹ ਵੀ ਆਪਣੇ ਸਾਹਮਣੇ ਟੁੱਟਿਆ ਹੈ ਕਿ ਸਿਟਿੰਗ ਐਮ ਐਲ ਏ ਸਿਟਿੰਗ ਐਮ ਪੀ ਨੂੰ ਅਗਰ ਤੁਸੀਂ ਕਿਸੇ ਹੋਰ ਅਹੁਦੇ ਦੇ ਲਈ ਉਮੀਦਵਾਰ ਬਣਾਉਂਦੇ ਹੋ ਤਾਂ ਇਹ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਬੈਨੀਫਿਟ ਦੇਣ ਵਾਲਾ ਨਹੀਂ ਹੈਗਾ ਤੀਸਰਾ ਮਿਥ ਜਿਹੜਾ ਬਹੁਤ ਵੱਡਾ ਕ੍ਰੀਏਟ ਹੋਇਆ ਸੀ ਇਸ ਸਮੇਂ ਕਿ ਦਲ ਬਦਲੂਆਂ ਵਾਲਾ ਦਲ ਬਦਲੂਆਂ ਦੇ ਕੁਐਸਚਨ ਨੂੰ ਮੋਰੈਲਿਟੀ ਦੇ ਐਂਗਲ ਤੋਂ ਦੇਖਿਆ ਜਾ ਰਿਹਾ ਸੀ ਕਿ ਕਿਵੇਂ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਦੇ ਵਿੱਚ ਜੰਪ ਕਰਨ ਵਾਲੇ ਦੱਡੂ ਕਹਿ ਲੋ ਤਿਤਲੀਆਂ ਕਹਿ ਲੋ ਉਹਨਾਂ ਦੇ ਜਿਹੜਾ ਆਈਡੀਓਲੋਜੀਕਲ ਫਰੇਮਵਰਕ ਹੈ ਉਹਦੇ ਵਿੱਚ ਉਹ ਕਿਵੇਂ ਟੱਲਣਗੇ ਬਹੁਤ ਵੱਡਾ ਮੋਰੈਲਿਟੀ ਦਾ ਸਵਾਲ ਸੀ ਪਰ ਜਦੋਂ ਆਪਾਂ ਵੋਟਾਂ ਦੇ ਨਤੀਜਿਆਂ ਨੂੰ ਦੇਖ ਰਹੇ ਹਾਂ ਤਾਂ ਐਵੇਂ ਲੱਗਦਾ ਹੈ ਕਿ ਵੋਟਰਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਹੜਾ ਦਲ ਬਦਲੂ ਹੈ ਜਿਵੇਂ ਕਿ ਫੋਰ ਐਗਜ਼ਾਮਪਲ ਤੁਸੀਂ ਰਾਜਕੁਮਾਰ ਚੱਬੇਵਾਲ ਨੂੰ ਲੈ ਲਓ ਉਹ ਹੁਸ਼ਿਆਰਪੁਰ ਤੋਂ ਜੇਤੂ ਨੇ ਉਹ ਸਿਟਿੰਗ ਐਮ ਐਲ ਏ ਨੇ ਕਾਂਗਰਸ ਪਾਰਟੀ ਦੇ ਵੋਟਾਂ ਤੋਂ ਜਸਟ ਕੁਝ ਦਿਨ ਪਹਿਲਾਂ ਹੀ ਉਹ ਆਪਣੀ ਪਾਰਟੀ ਬਦਲਦੇ ਨੇ ਮੀਨਾਖੰਡ ਪਹਿਲਾਂ ਔਰ ਅੱਜ ਹੁਸ਼ਿਆਰਪੁਰ ਤੋਂ ਜਿਹੜੀ ਭਾਜਪਾ ਦੀ ਇੱਕ ਤਰ੍ਹਾਂ ਦੀ ਪੱਕੀ ਸੀਟ ਸੀ ਪਿਛਲੇ 2 ਵਰ੍ਹਿਆਂ 2 ਵਾਰ ਦੀਆਂ ਇਲੈਕਸ਼ਨਸ ਤੋਂ ਕੰਟੀਨਿਊਸਲੀ ਭਾਜਪਾ ਦਾ ਆਧਾਰ ਸੀ ਪ੍ਰਧਾਨ ਮੰਤਰੀ ਮੋਦੀ ਹੁਸ਼ਿਆਰਪੁਰ ਦੇ ਵਿੱਚ ਉੱਥੇ ਰੈਲੀ ਸਪੈਸੀਫਿਕਲੀ ਕਰਨ ਆਏ ਨੇ ਪਰ ਉਹਦੇ ਵਿੱਚ ਵੀ ਰਾਜਕੁਮਾਰ ਚੱਬੇਵਾਲ ਦੀ ਜਿੱਤ ਹੁੰਦੀ ਆ ਅਗਰ ਤੁਸੀਂ ਜਲੰਧਰ ਕਨਸਟੀਟੂਐਂਸੀ ਜਿਹੜਾ ਇਸ ਸਮੇਂ ਦਲ ਬਦਲੂਆਂ ਦਾ ਕੈਪੀਟਲ ਸੀ ਪੋਲੀਟੀਕਲ ਕੈਪੀਟਲ ਉਹਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਭਾਜਪਾ ਦੇ ਚਾਹੇ ਉਹ ਹਾਰ ਗਏ ਨੇ ਲੇਕਿਨ ਉਹ ਸੈਕਿੰਡ ਨੰਬਰ ਤੇ ਕੰਟੈਂਡਰ ਰਹੇ ਨੇ ਬਹੁਤ ਵੱਡੀ ਵੋਟ ਉਹਨਾਂ ਨੇ ਹਾਸਿਲ ਕੀਤੀ ਆ ਇਸੇ ਤਰ੍ਹਾਂ ਪਵਨ ਕੁਮਾਰ ਟੀਨੂ ਜੜੇ ਨੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਆਏ ਹੋਏ ਸੀ ਉਹਨਾਂ ਨੇ ਵੀ ਆਪਣੀ ਬਣਦੀ ਵੋਟ ਜਿਹੜੀ ਉੱਥੇ ਹਾਸਿਲ ਕੀਤੀ ਆ ਤੁਸੀਂ ਲੁਧਿਆਣਾ ਦੇ ਐਗਜ਼ਾਮਪਲ ਲੈ ਲਓ ਲੁਧਿਆਣਾ ਦੇ ਵਿੱਚ ਰਵਨੀਤ ਸਿੰਘ ਬਿੱਟੂ ਬਹੁਤ ਵੋਕਲ ਕਾਂਗਰਸ ਦੇ ਬੰਦੇ ਸੀ باوجود ਇਸ ਦੇ ਵੀ ਲੁਧਿਆਣਾ ਚੋਂ ਮੁਕਾਬਲੇ ਦੀ ਵੋਟ ਰਵਨੀਤ ਸਿੰਘ ਬਿੱਟੂ ਨੂੰ ਹਾਸਿਲ ਹੁੰਦੀ ਔਰ ਲੁਧਿਆਣਾ ਤੋਂ ਇਹੀ ਗੱਲ ਵਾਰ-ਵਾਰ ਆ ਰਹੀ ਸੀ ਕਿ ਮੋਸਟ ਪ੍ਰੋਬੇਬਲੀ ਰਵਨੀਤ ਸਿੰਘ ਬਿੱਟੂ ਵਿਲ ਬੀ ਦਾ ਵਿਨਰ ਅੰਟਿਲ ਅਲਨਸ ਜਦੋਂ ਤੱਕ ਬੈਂਸ ਬ੍ਰਦਰ ਜਿਹੜੇ ਨੇ ਉਹ ਕਾਂਗਰਸ ਦੀ سپورਟ ਦੇ ਵਿੱਚ ਨਹੀਂ ਆਏ ਬੇਸਿਕਲੀ ਉੱਥੇ ਆ ਕੇ ਇਹ ਪੂਰਾ ਫਾਰਮੂਲਾ ਜਿਹੜਾ ਹੈ ਵੋਟਾਂ ਦਾ ਬਦਲਿਆ ਅਦਰਵਾਈਜ਼ ਰਵਨੀਤ ਬਿੱਟੂ ਅਟਰਨ ਕੋਰਟ ਇੱਕ ਵਿਨਰ ਹੋਣੇ ਸੀਗੇ ਲਾਜ਼ਮੀ ਤੌਰ ਤੇ ਆਪਣੇ ਸਾਹਮਣੇ ਸੋ ਸ਼ੇਰ ਸਿੰਘ ਗੁਬਾਇਆ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਾਲੀ ਦਲ ਦੀ ਟਿਕਟ ਤੇ ਉਹ ਐਮਪੀ ਰਹਿ ਚੁੱਕੇ ਨੇ ਔਰ ਉਹ ਕਾਂਗਰਸ ਦੇ ਵਿੱਚ ਕਿ ਐਨ ਇਟ ਫੀਲਸ ਲਾਈਕ ਡਸਨਟ ਮੈਟਰ ਟੂ ਲੋਕਾਂ ਨੂੰ ਕਿ ਮੋਰੈਲਿਟੀ ਦੇ ਲੈਵਲ ਦੇ ਉੱਤੇ ਕਿਹੜਾ ਕੈਂਡੀਡੇਟ ਆਈਡੀਓਲੋਜੀਕਲੀ ਕਿੱਥੇ ਖੜਾ ਹੈ ਤੇ ਕਿਵੇਂ ਆਪਣੀ ਆਈਡੀਓਲੋਜੀਕਲ ਫਰੇਮਵਰਕਸ ਨੂੰ ਸ਼ਿਫਟ ਕਰਦਾ ਰਹਿੰਦਾ ਫਰੋਮ ਵਨ ਪਾਰਟੀ ਟੂ ਅਨਦਰ ਨੰਬਰ 4 ਤੇ ਜਿਹੜਾ ਮਿਥ ਹੁਣ ਟੁੱਟਿਆ ਹੈ ਇਹਨਾਂ ਵੋਟਾਂ ਦੇ ਵਿੱਚ ਕਿ ਕੋਈ ਵੀ ਸਿੰਗਰ ਲਿਆ ਕੇ ਜਾਂ ਕੋਈ ਵੀ ਮੰਨਿਆ ਹੋਇਆ ਚਿਹਰਾ ਸੈਲੀਬ੍ਰਿਟੀ ਫੇਸ ਜਾਂ ਕਈ ਸਾਰੇ ਸੈਲੀਬ੍ਰਿਟੀ ਚਿਹਰਿਆਂ ਨੂੰ ਲਿਆ ਕੇ ਤੁਸੀਂ ਕਿੰਨਾ ਵੀ ਚੋਣ ਪ੍ਰਚਾਰ ਕਰਵਾ ਲਓ ਚਾਹੇ ਕੋਚੀਲਾ ਫੈਸਟ ਬਣਾ ਲਓ باوجود ਇਸ ਤੇ ਵੀ ਜਿਹੜੀ ਜਿੱਤ ਹੈ ਉਹ ਤੈ ਨਹੀਂ ਮੰਨੀ ਜਾ ਸਕਦੀ ਹੰਸ ਰਾਜ ਹੰਸ ਕਰਮਜੀਤ ਸਿੰਘ ਅਨਮੋਲ ਦੋਨੋਂ ਇੱਕੋ ਸੀਟ ਤੋਂ ਸੀਗੇ ਪਰ ਉੱਥੇ ਜਿਹੜਾ ਮੇਨ ਫੈਕਟਰ ਨਵਾਂ ਸਾਹਮਣੇ ਆਇਆ ਉਹ ਇਹ ਆਇਆ ਕਿ ਜਦੋਂ ਵੇਵ ਚੱਲਦੀ ਹੋਵੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਵੇਵ ਸੀ 2022 ਦੇ ਵਿੱਚ ਜਾਂ ਜਿਸ ਤਰ੍ਹਾਂ 2014 ਦੇ ਵਿੱਚ ਪ੍ਰਧਾਨ ਮੰਤਰੀ ਬਣੇ ਸੀ ਮੋਦੀ ਜਦੋਂ ਪਹਿਲੀ ਵਾਰ ਤਾਂ ਨਰਿੰਦਰ ਮੋਦੀ ਦੀ ਜਿਹੜੀ ਉਹ ਵੇਵ ਸੀ ਉਸ ਵੇਵ ਦੇ ਸਾਹਮਣੇ ਕੋਈ ਵੀ ਕਿੱਡਾ ਵੱਡਾ ਮਰਜੀ ਸੈਲੀਬ੍ਰਿਟੀ ਪਪੂਲਰ ਚਿਹਰਾ ਹੋਵੇ ਜਾਂ ਕਈ ਚਿਹਰਿਆਂ ਨੂੰ ਬੁਲਾ ਕੇ ਚੋਣ ਕੈਂਪੇਨ ਕਰਾ ਲਈ ਜਾਵੇ ਜਿੱਤ ਨਿਸ਼ਚਿਤ ਨਹੀਂ ਹੋ ਸਕਦੀ ਇੱਕ ਦੌਰ ਦੇ ਵਿੱਚ ਆਪਾਂ ਦੇਖਿਆ ਹੈਗਾ ਮੁਹੰਮਦ ਸਦੀਕ ਵੀ ਕਾਂਗਰਸ ਦੇ ਉਹ ਇੱਕ ਸਿੰਗਰ ਨੇ ਬਟ ਅਨਮੋਲ ਗਗਨਮਾਨ ਅਗਰ ਉਹ ਜਿੱਤੇ ਨੇ ਤਾਂ ਉਹ 2022 ਚ ਇਸ ਕਰਕੇ ਜਿੱਤੇ ਕਿਉਂਕਿ ਵੇਵ ਚੱਲ ਰਹੀ ਸੀ ਆਦਰਵਾਇਸ ਜਿਵੇਂ ਕਿ ਇਹ ਫਰੀਦਕੋਟ ਦੀ ਜਿਹੜੀ ਸੀਟ ਹੈ ਇਹਦੇ ਵਿੱਚ ਜਦੋਂ ਕਰਮਜੀਤ ਅਨਮੋਲ ਹੰਸਰਾਜ ਹੰਸ ਅਗਿਆ ਕੇ ਇੱਕ ਕੌਜ਼ ਖੜ ਗਿਆ ਇੱਕ ਪੰਥਕ ਕੌਜ਼ ਖੜ ਗਿਆ ਜਾਂ ਕੋਈ ਵੀ ਕੌਜ਼ ਹੋ ਸਕਦਾ ਸੀ ਇਸ ਕੇਸ ਦੇ ਵਿੱਚ ਪੰਥਕ ਕੌਜ਼ ਸਿੱਖ ਫੀਲਿੰਗਸ ਐਂਡ ਸੈਂਟੀਮੈਂਟਸ ਦੇ ਨਾਲ ਮਾਰਟਿਰਡਮ ਨਾਲ ਜੁੜਿਆ ਹੋਇਆ ਕੌਜ਼ ਖੜ ਗਿਆ ਤਾਂ ਕਰਮਜੀਤ ਅਨਮੋਲ ਨੂੰ ਇੱਕ ਇੱਕ ਉਹ ਝਟਕਾ ਲੱਗਿਆ ਜਿਹੜਾ ਕਿ ਟੋਟਲੀ ਅਨਐਕਸਪੈਕਟਿਡ ਸੀਗਾ ਈਵਨ ਇਹ ਛਟਕਾ ਕਰਮਜੀਤ ਅਨਮੋਲਤਾ ਕੀ ਨਹੀਂ ਇਹ ਭਗਵੰਤ ਮਾਨ ਤੱਕ ਵੀ ਪਹੁੰਚਿਆ ਸੋ ਜਦੋਂ ਤਾਂ ਵੇਵ ਚੱਲਦੀ ਹੈ ਉਦੋਂ ਤਾਂ ਆਪਣੇ ਸਾਹਮਣੇ ਕਲੀਅਰ ਹੈ ਕਿ ਕੋਈ ਵੀ ਕੈਂਡੀਡੇਟ ਹੋਵੇ ਸਿੰਗਰ ਹੋਵੇ ਕਿਸੇ ਵੀ ਤਰ੍ਹਾਂ ਚਾਹੇ ਉਹਨਾਂ ਨੂੰ politcal knowledge ਕੁਝ ਵੀ ਹੋਵੇ ਨਾ ਹੋਵੇ ਉਹ ਇਹਨੂੰ ਪਾਸ ਕਰਦੇ ਨੇ ਪਰ ਜਦੋਂ ਪੰਥਕਤਾ ਦੀ ਪਰ ਜਦੋਂ ਇਹਨਾਂ ਦੇ ਸਾਹਮਣੇ ਕੋਈ ਕੌਜ਼ ਖੜਾ ਹੋ ਜਾਂਦਾ ਪੰਥਕਤਾ ਦਾ ਹੋ ਗਿਆ ਜਾਂ ਕਿਸੇ ਵੀ ਸੋਸ਼ਲ ਇਸ਼ੂ ਦਾ ਜਾਂ ਪੋਲਿਟੀਕਲ ਕੌਜ਼ ਵੀ ਹੋਵੇ ਤਾਂ ਉਹਦੇ ਵਿੱਚ ਇਹਨਾਂ ਸਿੰਗਰਸ ਦਾ ਜਿਤਨਾ ਜਾਂ ਜਿਹੜੇ ਫਿਲਮ ਇੰਡਸਟਰੀ ਤੋਂ ਜਾਂ ਪਪੂਲਰ ਚਿਹਰੇ ਕਿਸੇ ਵੀ ਖੇਤਰ ਤੋਂ ਉਹ ਜਿਤਨਾ ਜਿਹੜਾ ਹੈਗਾ ਉਹ ਆਲਮੋਸਟ ਇੰਪੋਸੀਬਲ ਹੋ ਜਾਂਦਾ ਔਰ ਫਰੀਦਕੋਟ ਦੀ ਸੀਟ ਦੇ ਵਿੱਚ ਤਾਂ ਨਤੀਜੇ ਆਉਣ ਤੋਂ ਪਹਿਲਾਂ ਹੀ ਕਲੀਅਰ ਹੋ ਚੁੱਕਾ ਸੀਗਾ ਕਿਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਸ਼ਹੀਦ ਬੈਂ ਸਿੰਘ ਦੇ ਬੇਟੇ ਨੇ ਉਹਨਾਂ ਦੀ ਜਿੱਤ ਵੱਲੋਂ ਪੂਰਾ ਫਰੀਦਕੋਟ ਉਹਨਾਂ ਨੂੰ ਜਿਤਾਉਣ ਦੇ ਲਈ ਆਪ ਮੁਹਾਰੇ ਹੋ ਕੇ ਤੁਰ ਪਿਆ ਹੈ। ਨੰਬਰ 5 ਤੇ ਜਿਹੜਾ ਮਿੱਥ ਟੁੱਟਾ ਉਹ ਹੈ ਸਟੂਡੈਂਟ ਪੋਲਿਟਿਕਸ ਦਾ ਪੰਜਾਬ 'ਚ ਹੁਣ ਕੋਈ ਰੋਲ ਨਹੀਂ ਆ। ਇੱਕ ਬਹੁਤ ਧੀਰ ਤੋਂ ਵੈਮ ਹੈ ਕਿਉਂਕਿ 42-45 ਸਾਲਾਂ ਤੋਂ ਕਰੀਬ ਤਾਂ ਵਿਦਿਆਰਥੀ ਚੋਣਾਂ ਜਿਹੜੀਆਂ ਸਕੂਲਾਂ ਕਾਲਜਾਂ ਦੇ ਵਿੱਚ ਚੱਲ ਹੀ ਨਹੀਂ ਰਹੀਆਂ। ਧੜੇਬਾਜ਼ੀਆਂ ਬਹੁਤ ਚੱਲ ਰਹੀਆਂ ਨੇ ਔਰ ਉਹ ਧੜੇਬਾਜ਼ੀਆਂ ਮਿਸ ਗਾਈਡਡ ਨੇ। ਇਸੇ ਕਰਕੇ ਹੀ ਆਪਾਂ ਨੂੰ ਕਾਲਜਾਂ ਯੂਨੀਵਰਸਿਟੀਆਂ ਤੋਂ ਅ ਮੈਂ ਗੈਂਗਸਟਰ ਸ਼ਬਦ ਵਰਤਣਾ ਨਹੀਂ ਚਾਹ ਰਹੀ ਹੈ ਕਿ ਕਈ ਤਰ੍ਹਾਂ ਦੇ ਐਦਾਂ ਦੇ ਐਲੀਮੈਂਟ ਨਿਕਲਦੇ ਆਪਣੇ ਸਾਹਮਣੇ ਆਉਂਦੇ ਨੇ ਜਿਹੜੇ ਲੜਾਈਆਂ ਵਾਲੇ ਪਾਸਿਆਂ ਨੂੰ ਐਂਡ ਫਰਦਰ ਔਨ ਸਿੰਡੀਕੇਟ ਬਣਾਉਣ ਵਾਲੇ ਇੱਕ ਇੱਕ ਜਿਹੜਾ ਮਿਸ ਗਾਈਡਡ ਰੂਟ ਹੈਗਾ ਉਹਨੂੰ ਚੁਣਦੇ ਨੇ ਕਿਉਂਕਿ ਉੱਥੇ ਜਥੇਵੰਦਕ ਢਾਂਚੇ ਨਹੀਂ ਹੈਗੇ ਜਿਹੜੇ ਉਹਨਾਂ ਨੂੰ ਕਿਸੇ ਕਿਸੇ ਆਈਡੀਓਲੋਜੀ ਦੇ ਵਿੱਚ ਜਾਂ ਕਿਸੇ ਖਾਸ ਮਕਸਦ ਦੇ ਲਈ ਉਹਨਾਂ ਨੂੰ ਕੰਮ ਤੇ ਲਾ ਸਕਣ ਇਸ ਵਾਰੀ ਆਪਣੇ ਸਾਹਮਣੇ ਇਹ ਮਿੱਥ ਟੁੱਟਾ ਹੈ ਕਿ ਸਟੂਡੈਂਟ ਪੋਲਿਟਿਕਸ ਤੋਂ ਆਏ ਹੋਏ ਲੀਡਰ ਵੀ ਬਹੁਤ ਵੱਡਾ ਰੋਲ ਨਿਭਾ ਕੇ ਬਹੁਤ ਅੱਛੇ ਕੈਂਡੀਡੇਟ ਬਣ ਕੇ ਵੀ ਨਿਕਲ ਸਕਦੇ ਨੇ ਮੇਰਾ ਇਸ਼ਾਰਾ ਆਨੰਦਪੁਰ ਸਾਹਿਬ ਸੀਟ ਵੱਲ ਹੈ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਨੂੰ ਟਿਕਟ ਮਿਲਦੀ ਹੈ ਆਮ ਆਦਮੀ ਪਾਰਟੀ ਤੋਂ ਔਰ ਬਹੁਤ ਵਧੀਆ ਟੱਕਰ ਜਿਹੜੀ ਹੈ ਬਿਟਵੀਨ ਆਮ ਆਦਮੀ ਪਾਰਟੀ ਕਾਂਗਰਸ ਐਂਡ ਬੀਜੇਪੀ ਦੀ ਉੱਥੇ ਰਹਿੰਦੀ ਹੈਗੀ ਔਰ ਉਹਦੇ ਚੋਂ ਮਾਲਵਿੰਦਰ ਸਿੰਘ ਕੰਗ ਅੱਛੇ ਮਾਰਜਿਨ ਦੇ ਨਾਲ ਜੇਤੂ ਰਹਿੰਦੇ ਨੇ ਅਗਰ ਇਹ ਪੋਲੀਟੀਕਲ ਪਾਰਟੀਆਂ ਆਪਣੇ ਪਰਿਵਾਰਵਾਦ ਤੋਂ ਬਾਹਰ ਨਿਕਲ ਕੇ ਯਾ ਆਪਣੇ ਸਿਟਿੰਗ ਐਮਐਲਏਸ ਜਾਂ ਐਮਪੀਸ ਤੇ ਭਰੋਸਾ 바ਲਾ ਨਾ ਕਰਕੇ ਕਿਉਂਕਿ ਉਹ ਮਿੱਥ ਤਾਂ ਬਿਲਕੁਲ ਟਹਿ ਗਿਆ ਹੈਗਾ ਕਿ ਜਿੱਤੇ ਹੋਏ ਕੈਂਡੀਡੇਟ ਐਦਾਂ ਲੱਗ ਰਿਹਾ ਇਸ ਸਮੇਂ ਕਿ ਸਿਟਿੰਗ ਐਮ ਐਲ ਏ ਔਰ ਮਿਨਿਸਟਰਸ ਨੂੰ ਖੜਾ ਹੀ ਇਸ ਕਰਕੇ ਕੀਤਾ ਸੀ ਆਮ ਆਦਮੀ ਪਾਰਟੀ ਨੇ ਤਾਂਕਿ ਉਹ ਹਾਰ ਸਕਣ ਔਨ ਦਾ ਕੰਟਰਰੀ ਜਿਹੜੇ ਗਰਾਉਂਡ ਲੈਵਲ ਵਰਕਰਸ ਨੇ ਜਿਹੜੇ ਗਰਾਉਂਡ ਤੋਂ ਬੇਸ ਲੈਵਲ ਦੀ ਗ੍ਰਾਸ ਰੂਟ ਲੈਵਲ ਦੀ ਪੋਲਿਟਿਕਸ ਚੋਂ ਆਏ ਨੇ ਉਸ ਡੈਮੋਕ੍ਰੇਸੀ ਨੂੰ ਸਮਝਦੇ ਨੇ ਅਗਰ ਉਹਨਾਂ ਤੇ ਭਰੋਸਾ ਕੀਤਾ ਜਾਵੇ ਤਾਂ ਬਹੁਤ ਵਧੀਆ ਸ਼ਾਨਦਾਰ ਲੈਵਲ ਤੇ ਮੈਂਬਰ ਆਫ ਪਾਰਲੀਮੈਂਟ ਜਾਂ ਐਮਐਲਏ ਜਾਂ ਇਸ ਤੋਂ ਵੀ ਵੱਡੇ ਅਹੁਦਿਆਂ ਵਾਲੇ ਲੀਡਰ ਉੱਥੋਂ ਪੈਦਾ ਕੀਤੇ ਜਾ ਸਕਦੇ ਨੇ ਨਾਓ ਕਮਿੰਗ ਟੂ ਬੀਜੇਪੀ ਐਂਡ ਸ਼੍ਰੋਮਣੀ ਅਕਾਲੀ ਦਲ ਥਿਸ ਇਜ਼ 6ਵਾਂ ਔਰ 7ਵਾਂ ਪੁਆਇੰਟ ਆਪਣਾ 6ਵਾਂ ਮਿਥ ਇਹ ਹੈ ਕਿ ਆਪਣੇ ਪੰਜਾਬ ਚ ਆਲਵੇਸ ਵੀ ਹੈਵ ਆਪਾਂ ਸੁਣਿਆ ਹੈ ਕਿਉਂਕਿ ਮੋਦੀ ਦਾ ਜਿਹੜਾ ਉਹ ਜੋਗਰ ਨਾਟ ਸੀਗਾ ਉਹ ਕਦੀ ਵੀ ਪੰਜਾਬ ਚ ਆਣ ਕੇ ਨਹੀਂ ਵੜ ਪਾਇਆ ਹੈਗਾ ਆਪਾਂ ਇਹ ਹੀ ਸੁਣਦੇ ਆਏ ਹਾਂ ਕਿ ਭਾਜਪਾ ਦਾ ਪੰਜਾਬ 'ਚ ਕੋਈ ਆਧਾਰ ਨਹੀਂ ਹੈ ਪਰ ਇਹਨਾਂ ਚੋਣ ਨਤੀਜਿਆਂ ਨੇ ਇਹ ਵਾਲਾ ਮਿੱਥ ਵੀ ਤੋੜਿਆ ਹੈ ਆਪਣੇ ਸਾਹਮਣੇ ਜਿਸ ਤਰ੍ਹਾਂ ਭਾਜਪਾ ਭਾਰਤੀ ਜਨਤਾ ਪਾਰਟੀ ਉੱਭਰ ਕੇ ਆਈ ਹੈਗੀ ਕਿਉਂਕਿ ਇਹ ਪਹਿਲੀ ਵਾਰ ਸੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗੱਠਜੋੜ ਜਿਹੜਾ 1996 ਤੋਂ ਚੱਲਿਆ ਆ ਰਿਹਾ ਸੀ ਉਹ ਹੁਣ ਟੁੱਟਿਆ ਔਰ ਉਸ ਟੁੱਟਣ ਤੋਂ ਬਾਅਦ ਜਿਹੜੀ ਭਾਜਪਾ ਔਰ ਸ਼੍ਰੋਮਣੀ ਅਕਾਲੀ ਦਲ ਲਗ ਲਗ ਰਾਹਤਾਂ ਤੇ ਚੱਲੇ ਨੇ ਆਪਾਂ ਨੂੰ ਪਤਾ ਲੱਗਿਆ ਹੈ ਕਿ ਜਦੋਂ ਉਹ ਗੱਠਜੋੜ ਸੀਗਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਉਹਦੇ ਵਿੱਚ ਜਿਹੜਾ ਨਿਕਾ ਭਰਾ ਕਿਹਾ ਜਾਂਦਾ ਸੀ ਉਹ ਪੰਜਾਬ ਦੇ ਵਿੱਚ ਐਕਚੁਅਲੀ ਵੱਡਾ ਭਰਾ ਹੋਣ ਦੀ ਪ੍ਰੋਪਰ ਜਿਹੜੀ ਕ੍ਰਾਈਟੇਰੀਆ ਹੈ ਉਹਨੂੰ ਮੈਚ ਕਰ ਰਿਹਾ ਕਿਉਂਕਿ ਜਦੋਂ ਆਪਾਂ ਬੀਜੇਪੀ ਦੀ ਚਾਹੀ ਕੋਈ ਸੀਟ ਨਹੀਂ ਆ ਪਾਈ ਹੈ ਤੇ ਜਦੋਂ ਗਠਜੋੜ ਹੁੰਦਾ ਸੀ ਉਦੋਂ ਬੀਜੇਪੀ ਇੱਕ ਦੋ ਜਾਂ ਚਾਰ ਸੀਟਾਂ ਵੀ ਲੈ ਜਾਂਦੀ ਰਹੀ ਹੈ ਪਰ ਇਸ ਸਮੇ ਬੀਜੇਪੀ ਦੇ ਹੱਕ ਦੇ ਵਿੱਚ ਜੋ ਬਹੁਤ ਅੱਛੀ ਗੱਲ ਇੱਕ ਤਰ੍ਹਾਂ ਦੀ ਨਜ਼ਰ ਆ ਰਹੀ ਹੈ ਉਹ ਜੋ ਉਸ ਮਿਥ ਨੂੰ ਤੋੜਦੀ ਹੈ ਕਿ ਬੀਜੇਪੀ ਦਾ ਪੰਜਾਬ ਚ ਕੋਈ ਆਧਾਰ ਨਹੀਂ ਹੈ ਉਹ ਗੱਲ ਹੈ ਕਿ ਬੀਜੇਪੀ ਬਹੁਤ ਵੱਡੇ ਲੈਵਲ ਤੇ ਆਪਣੇ ਵੋਟ ਸ਼ੇਅਰ ਨੂੰ ਗ੍ਰੋ ਕਰਨ ਦੇ ਵਿੱਚ ਕਾਮਯਾਬ ਰਹੀ ਹੈ 9% ਵੋਟ ਸ਼ੇਅਰ ਸੀ ਬੀਜਪੀ ਦਾ ਪਿਛਲੀਆਂ ਚੋਣਾਂ ਦੇ ਵਿੱਚ ਮਤਲਬ 2019 ਦੇ ਵਿੱਚ ਇਸ ਵਾਰੀ ਬੀਜਪੀ 1.58% ਵੋਟ ਸ਼ੇਅਰ ਪੰਜਾਬ ਚੋਂ ਲੈ ਚੁੱਕੀ ਹੈ ਜਾਦੀਆਂ ਸੀਟਾਂ ਦੇ ਵਿੱਚ ਈਵਨ ਈਵਨ ਮੈਕਸਿਮਮ ਸੀਟਾਂ 9 ਤੋਂ 10 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਬੀਜਪੀ ਤੋਂ ਪਿਛਾ ਰਹੀ ਹੈ ਔਰ ਬੀਜਪੀ ਨੇ ਬੀਜਪੀ ਉਮੀਦਵਾਰਾਂ ਨੇ ਬਹੁਤ ਕਰੜੀ ਟੱਕਰ ਜਿਹੜੀ ਆ ਨੋ 10 ਸੀਟਾਂ ਦੇ ਉੱਤੇ ਦਿੱਤੀਆਂ ਤੁਸੀਂ ਅੰਮ੍ਰਿਤਸਰ ਲੈ ਲਓ ਤੁਸੀਂ ਗੁਰਦਾਸਪੁਰ ਲਓ ਹੁਸ਼ਿਆਰਪੁਰ ਦੇ ਵਿੱਚ ਚਾਹੀ ਤੀਜੇ ਨੰਬਰ ਤੇ ਹੈ ਆ ਬੀਜੇਪੀ ਲੇਕਿਨ ਫਾਰ ਬੈਟਰ ਫਾਰ ਬੈਟਰ ਦੈਨ ਸੋਨ ਸਿੰਘ ਠੰਡਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਉੱਥੋਂ ਉਮੀਦਵਾਰ ਨੇ 13 ਚੋਂ 5 ਸੀਟਾਂ ਤੇ ਭਾਜਪਾ ਫਰਸਟ ਰਨਰ ਅਪ ਰਹੀ ਹੈ ਅੰਮ੍ਰਿਤਸਰ ਗੁਰਦਾਸਪੁਰ ਪਟਿਆਲਾ ਲੁਧਿਆਣਾ ਐਂਡ ਜਲੰਧਰ ਦੀ ਸੀਟ ਸੁਸ਼ੀਲ ਕੁਮਾਰ ਰਿੰਕੂ ਇਹ ਜਿਹੜੀ ਪਰਫਾਰਮੈਂਸ ਹੈ ਭਾਜਪਾ ਦੀ ਇਹ ਆਪਾਂ ਨੂੰ ਦਿਖਾ ਰਹੀ ਹੈ ਕਿ ਭਾਜਪਾ ਦਾ ਆਧਾਰ ਹੈ ਆਮ ਆਦਮੀ ਪਾਰਟੀ ਨੂੰ ਵੀ ਪਿਛਾਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਿੱਛੇ ਛੱਡ ਕੇ ਸੈਕਿੰਡ ਨੰਬਰ ਤੇ ਆ ਕੇ ਇੱਕ ਟਫ ਕੰਪੀਟੀਸ਼ਨ ਦੇਣ ਦਾ ਬਿਯੋਂਡ ਥੈਟ 4 ਨੰਬਰ ਤੇ 3 ਨੰਬਰ ਤੇ ਵੀ ਭਾਜਪਾ ਰਹੀ ਹੈ ਤੇ ਅਗਰ ਆਪਾਂ ਉਹਨਾਂ ਸੀਟਾਂ ਉਹਨੂੰ ਵੀ ਦੇਖ ਲਈਏ ਤਾਂ ਉਹਦੇ ਵਿੱਚ ਫਿਰੋਜ਼ਪੁਰ ਇੱਕ ਸੀਟ ਹੈ ਜਿੱਥੇ ਜਿੱਥੇ ਭਾਜਪਾ 3 ਨੰਬਰ 4 ਨੰਬਰ ਦੇ ਵਿਚਾਲੇ ਰਹੀ ਹੈਗੀ ਆ ਹੁਸ਼ਿਆਰਪੁਰ ਇੱਕ ਐਸੀ ਸੀਟ ਆ ਜਿਹਦੇ ਵਿੱਚ ਬੜੀ ਟਫ ਟੱਕਰ ਜਿਹੜੀ ਆ ਭਾਜਪਾ ਨੇ ਦਿੱਤੀ ਆ ਅਨੰਦਪੁਰ ਸਾਹਿਬ ਦੇ ਵਿੱਚ ਭਾਜਪਾ ਨੂੰ ਬਹੁਤ ਵੋਟ ਪਈ ਹੈਗੀ ਆ ਜਿਹੜੀ ਦਿਖਾਉਂਦੀ ਹੈ ਕਿ 13 ਦੇ ਵਿੱਚੋਂ ਅਗਰ 8-9 ਸੀਟਾਂ ਦੇ ਉੱਤੇ ਭਾਜਪਾ ਫਸਟ ਫਸਟ ਨਾ ਹੋ ਕੇ ਅਕਰ ਸੈਕੰਡ ਥਰਡ ਪੋਜੀਸ਼ਨ ਦੇ ਵਿੱਚ ਹੈਗੀ ਆ ਤਾਂ ਇਟ ਮੀਨਸ ਬਹੁਤ ਵੱਡੀ ਬਹੁਤ ਵੱਡਾ ਆਧਾਰ ਭਾਜਪਾ ਦਾ ਪੰਜਾਬ ਦੇ ਵਿੱਚ ਸੀਗਾ ਜਾਂ ਤਾਂ ਇਹ ਹੋ ਸਕਦਾ ਹੈ ਕਿ ਅਕਾਲੀ ਭਾਜਪਾ ਗੱਠਜੋੜ ਦੇ ਵਿੱਚ ਉਹ ਕਦੀ ਆਪਣੇ ਸਾਹਮਣੇ ਉਨਾ ਹੋ ਕੇ ਆਇਆ ਨਹੀਂ ਲੇਕਿਨ 2019 ਦੇ ਵਿੱਚ ਭਾਜਪਾ ਦਾ ਵੋਟਿੰਗ ਪਰਸੈਂਟਿੰਗ ਵੋਟਿੰਗ ਸ਼ੇਅਰ ਜਿਹੜਾ ਸੀਗਾ ਉਹ 9% ਸੀ ਔਰ ਉਹਦੇ ਵਿੱਚ ਭਾਜਪਾ ਹਰ ਇੱਕ ਸੀਟ ਤੇ ਚੋਣ ਲੜਦੀ ਵੀ ਨਹੀਂ ਸੀ ਉਹਦੇ ਵਿੱਚ ਕੁਝ ਸਿਲੇਕਟਡ ਸੀਟਾਂ ਹੀ ਹੁੰਦੀਆਂ ਸੀ ਇਸ ਵਾਰੀ 13 ਦੀਆਂ 13 ਤੇ ਭਾਜਪਾ ਗਈ ਹੈ ਸੰਗਰੂਰ ਦੇ ਵਿੱਚ ਜਿਹੜੇ ਅਰਵਿੰਦ ਖੰਨਾ ਹੈਗੇ ਆ ਉਹ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਕਿਤੇ ਵੱਧ ਜਿਹੜੀਆਂ ਸੀਟਾਂ ਲੈ ਕੇ ਨੰਬਰ 3 ਦੇ ਉੱਤੇ ਨੰਬਰ 4 ਦੇ ਉੱਤੇ ਆਫਟਰ ਸਿਮਰਨਜੀਤ ਸਿੰਘ ਮਾਨ ਨੰਬਰ 4 ਦੇ ਉੱਤੇ ਸੰਗਰੂਰ ਦੇ ਵਿੱਚ ਜਿਹੜੀ ਪੋਲੀਟੀਕਲ ਕੈਪੀਟਲ ਹੈ ਆਮ ਆਦਮੀ ਪਾਰਟੀ ਤੇ ਉਹਦੇ ਵਿੱਚ ਭਾਜਪਾ ਫਾਈਟ ਇੱਕ ਤਰ੍ਹਾਂ ਦੀ ਦਿੰਦੀ ਹੋਈ ਆਪਾਂ ਨੂੰ ਨਜ਼ਰ ਆਈ ਹੈ ਇਸ ਗੱਲ ਨੂੰ ਇਸ ਮਿਥ ਨੂੰ ਇਹ ਰਾਈਟ ਟਾਈਮ ਹੈ ਕਿ ਆਪਾਂ ਨੂੰ ਤੋੜ ਦੇਣਾ ਚਾਹੀਦਾ ਹੈ ਕਿ ਭਾਜਪਾ ਦਾ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਹੈ ਪੰਜਾਬ ਪੰਜਾਬ ਦੇ ਵਿੱਚ ਭਾਜਪਾ ਨੇ 18% ਵੋਟਾਂ ਹਾਸਲ ਕਰਕੇ ਇੱਕ ਨਵਾਂ ਅਧਿਆਇ ਜਿਹੜਾ ਹੈਗਾ ਪੋਲੀਟੀਕਲ ਅਧਿਆਇ ਉਹ ਜਰੂਰ ਖੋਲ ਦਿੱਤਾ ਹੈਗਾ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਇਸੇ ਤੋਂ ਹੀ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਜਿਹੜਾ ਇੱਕ ਮਿਥ ਜੁੜਿਆ ਹੈ ਪਰ ਅਨਫੋਰਚੂਨੇਟ ਹੈ ਮੈਨੂੰ ਇਹ ਗੱਲ ਇਹ ਮਿੱਥ ਨੂੰ ਇਸ ਤਰ੍ਹਾਂ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਪਾਂ ਮੰਨਦੇ ਆ ਰਹੇ ਸੀ ਸਿੱਖਾਂ ਦੀ ਪਾਰਟੀ ਹੈ ਇਹ ਸਿੱਖਾਂ ਦੀ ਪਾਰਟੀ ਜ਼ਰੂਰ ਹੈ ਇਨ੍ਹਾਂ ਚੋਣਾਂ ਦੇ ਵਿੱਚ ਆਪਣੇ ਸਾਹਮਣੇ ਆ ਗਿਆ ਕਿ ਸਿੱਖ ਇਹਦੇ ਲਈ ਵੋਟ ਨਹੀਂ ਕਰ ਰਹੇ ਬਹੁਤ ਵੱਡੇ ਲੈਵਲ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਜਿਹੜਾ ਵੋਟ ਸ਼ੇਅਰ ਹੈਗਾ ਉਹ ਗਵਾਇਆ ਹੈਗਾ ਟੂ ਬੀ ਐਗਜ਼ੈਕਟ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨਾ ਘਾਟਾ ਪਿਆ ਹੈ VOTING ਸ਼ੇਅਰ ਦਾ ਬਿਕੋਜ਼ ਇਹ ਗੱਲ ਕਹੀ ਜਾ ਰਹੀ ਸੀ ਬਾਰ-ਬਾਰ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਰਿਵਾਈਵਲ ਦੀ ਲੜਾਈ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਆਪਣੀ ਅਪਰੋਚ ਦੇ ਵਿੱਚ ਦੁਬਾਰਾ ਤੋਂ ਪੰਥਕ ਹੋਣ ਵਾਲੀ ਅਪਰੋਚ ਦੇ ਵਿੱਚ ਕਾਫੀ ਬਦਲਾਅ ਰੈਡੀਕਲ ਬਦਲਾਅ ਕੀਤੇ ਨੇ ਪਰ ਐਵੇਂ ਲੱਗਦਾ ਹੈ ਕਿ ਉਹਨਾਂ ਦਾ ਕੋਈ ਵੀ ਅਸਰ ਜਿਹੜਾ ਹੈ ਗਰਾਊਂਡ ਤੇ ਨਹੀਂ ਹੋਇਆ ਰਾਦਰ ਸ਼੍ਰੋਮਣੀ ਅਕਾਲੀ ਦਲ 28% ਤੋਂ ਖਿਸਕ ਕੇ 13.4% VOTING SHARE ਤੇ ਆ ਚੁੱਕਾ ਹੈਗਾ 2019 ਦਾ ਜਦੋਂ ਆਪਾਂ ਕੰਪੈਰੀਸ਼ਨ ਕਰਦੇ ਹਾਂ ਅੱਜ ਦੇ ਨਾਲ ਵਿਧਾਨ ਸਭਾ ਦੀਆਂ ਵੋਟਾਂ ਹੋਈਆਂ ਸੀ 2022 ਦੇ ਵਿੱਚ ਉਹਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ 18% ਤੋਂ ਵੱਧ ਵੋਟ ਸ਼ੇਅਰ ਸੀਗਾ ਪਰ ਇਹਦੇ ਵਿੱਚ ਜਿੰਨੇ ਲੋਕਾਂ ਨੇ ਵੋਟ ਪਾਈ ਸ਼੍ਰੋਮਣੀ ਅਕਾਲੀ ਦਲ ਦੀ ਉਹ ਪਰਸੈਂਟੇਜ ਬਹੁਤ ਘਟ ਚੁੱਕੀ ਐ ਇਸ ਸਮੇਂ ਅਕਾਲੀ ਦਲ ਸਿੱਖਾਂ ਦੀ ਪਾਰਟੀ ਐ ਇਹਨੂੰ ਵੀ ਆਪਾਂ ਇਹਦੀ ਵੈਲਿਡਿਟੀ ਨੂੰ ਇਸ ਸਟੇਟਮੈਂਟ ਦੀ ਵੈਲਿਡਿਟੀ ਨੂੰ ਆਪਾਂ ਕੌਂਟੈਸਟ ਕਰ ਸਕਦੇ ਹਾਂ ਹਿਸਟੋਰਿਕਲੀ ਜ਼ਰੂਰ ਸਿੱਖਾਂ ਦੀ ਪਾਰਟੀ ਹੈ ਨੁਮਾਇੰਦਾ ਜ਼ਮਾਤ ਕਹੀ ਜਾਂਦੀ ਹੈ ਪਰ ਇਸ ਸਮੇਂ ਜਦੋਂ ਲੋਕ ਵੋਟਾਂ ਦਿੰਦੇ ਨੇ ਅਕਾਲੀ ਦਲ ਨੂੰ ਤਾਂ ਉਹਨਾਂ ਵੋਟਾਂ ਦੇਣ ਦੇ ਵਿੱਚ VOTER ਨੂੰ ਫਰਕ ਨਹੀਂ ਪੈ ਰਿਹਾ ਕਿ ਕਿਹੜੀ ਸਿੱਖਾਂ ਦੀ ਪਾਰਟੀ ਹੈ ਤੇ ਕਿਹੜੀ ਕਿਸ ਧਰਮ ਨਾਲ ਅਕਾਲੀ ਦਲ ਦਾ ਜਿਹੜਾ ਇਹ ਪੰਥਕ ਹੋਣ ਦੀ ਅਨਾਉਂਸਮੈਂਟ ਵੀ ਹੈ ਏ ਵੀ ਇਸ ਵਾਰੀ ਐਡੀ ਵੱਡੇ ਲੈਵਲ ਤੇ ਕਲਿੱਕ ਨਹੀਂ ਕੀਤੀ ਹੈ ਔਰ ਵੈਸੇ ਵੀ ਆਪਾਂ ਪ੍ਰਧਾਨ ਮੰਤਰੀ ਮੋਦੀ ਦੀ ਜਦੋਂ 2014 ਤੋਂ ਜਿਹੜੀ ਚੜ੍ਹਾਈ ਹੁੰਦੀ ਹੈ ਵੇਵ ਹੁੰਦੀ ਹੈ ਉਸ ਤੋਂ ਹੁਣ ਤੱਕ ਆਉਂਦਿਆਂ ਇੱਕ ਚੀਜ਼ ਨੂੰ ਤਾਂ ਆਪਾਂ ਨੈਸ਼ਨਲ ਪੋਲਿਟਿਕ ਸਮਝਿਆ ਔਰ ਉਹਨੂੰ ਹੀ ਆਪਾਂ ਪੰਜਾਬ ਦੇ ਵਿੱਚ ਵੀ ਅਗਰ ਇੰਪਲੀਮੈਂਟ ਕਰਕੇ ਦੇਖੀਏ ਕਿ ਜਦੋਂ ਕੋਈ ਵੀ ਰਾਈਟ ਵਿੰਗਰ ਪਾਰਟੀ ਆਂਦੀ ਹੈ ਤਾਂ ਰਾਈਟ ਵਿੰਗ ਪਾਰਟੀ ਉਦੋਂ ਹੀ ਕਾਮਯਾਬ ਹੁੰਦੀ ਹੈ ਜਦੋਂ ਬਹੁਤ ਐਕਸਟ੍ਰੀਮ ਲੈਵਲ ਦੀ ਧਰਮ ਦੀ ਰਾਜਨੀਤੀ ਜਿਹੜੀ ਹੈ ਦ ਰੈਡੀਕਲ ਲੈਵਲ ਕਰਦੀ ਹੈ ਕੀ ਹੈ ਔਰ ਅਗਰ ਆਪਾ ਵਿਚ ਵਿਚਾਲੇ ਰਹਿਣ ਦੀ ਕੋਸ਼ਿਸ਼ ਕਰਦੇ ਆ ਮੋਡਰੇਟ ਵੀ ਐਂਡ ਬਿਟ ਪੰਥਕ ਵੀ ਐਂਡ ਬਿਟ ਰੈਡੀਕਲਸ ਦੇ ਪੱਖ ਦੇ ਵਿੱਚ ਬੋਲਣਾ ਵੀ ਤਾਂ ਇਹ ਹਮੇਸ਼ਾ ਹੀ ਵੋਟਰਸ ਨੂੰ ਕਨਫਿਊਜ਼ ਕਰਦਾ ਹੈ ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਉਸ ਜੋਗਰਨੋਟ ਨੂੰ ਬਹੁਤ ਵਿਸ਼ਾਲ ਜੋਗਰਨੋਟ ਸੀਗਾ ਜਿਹੜਾ ਇਸ ਵਾਰੀ ਰੁਕਿਆ ਹੋਇਆ ਰੋਲ ਓਵਰ ਹੋਇਆ ਈਵਨ ਈਵਨ ਯੂ ਕੈਨ ਇਮੇਜਿਨ ਕਿਸੇ ਸੜਕ ਦੇ ਕੰਡੇ ਦੇ ਉੱਤੇ ਜਿਵੇਂ ਗੱਡਾ ਪਲਟਦਾ ਹੈ ਉਸ ਹਿਸਾਬ ਦੇ ਨਾਲ ਪਲਟਿਆ ਹੋਇਆ ਨਜ਼ਰ ਆ ਰਿਹਾ ਐਂਡ ਵੇਟਿੰਗ ਫਾਰ ਸਮਵਨ ਟੂ ਹੈਲਪ ਐਂਡ ਰੈਸਕਿਊ ਜਦੋਂ ਕਾਂਗਰਸ ਪਾਰਟੀ ਉਸ ਜੋਗਰਨੋਟ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਤਾਂ ਤੁਸੀਂ ਯਾਦ ਕਰੋ ਕਿ ਕਿਵੇਂ ਰਾਹੁਲ ਗਾਂਧੀ ਹੁਣਾ ਨੇ ਵੀ ਕਾਂਗਰਸ ਪਾਰਟੀ ਨੇ ਵੀ ਸੌਫਟ ਹਿੰਦੂਤਵਾ ਦੀ ਪੋਲਿਟਿਕਸ ਖੇਡੀ ਸੀ ਪਰ ਉਹ ਸੌਫਟ ਹਿੰਦੂਤਵਾ ਦੀ ਪੋਲਿਟਿਕਸ ਨੇ ਨਰਿੰਦਰ ਮੋਦੀ ਨੂੰ 2019 ਦੇ ਵਿੱਚ ਜ਼ਿਆਦਾ ਫਾਇਦਾ ਪਹੁੰਚਾਇਆ ਤੇ ਕਾਂਗਰਸ ਨੂੰ ਜ਼ਿਆਦਾ ਡੈਮੇਜ ਕੀਤਾ ਸੀਗਾ ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਪ੍ਰਭਾਵ ਦੇ ਵਿੱਚ ਆ ਕੇ ਕਿ ਜਿੱਦਾਂ ਦਾ ਮਾਹੌਲ ਆ ਰਿਹਾ ਹੈ ਜਿਹੋ ਜਿਹੇ ਲੋਕ ਸੋਚ ਰਹੇ ਨੇ ਹੁਣ ਉਸ ਗੁਰਦੁਆਰਾ ਪੋਲਿਟਿਕਸ ਜਾਂ ਵੁੱਡ ਸੇ ਜਿਹੜੀ ਪੰਥਕ ਪੋਲਿਟਿਕਸ ਹੈ ਟੋਟਲੀ ਜਾਂ ਤਾਂ ਉਹਦੀ ਨਵੀਂ ਪਰਿਭਾਸ਼ਾ ਦੇਣੀ ਪੈਗੀ ਜਾਂ ਫਿਰ ਆਪਣੇ ਆਪ ਨੂੰ ਇੱਕ ਕਲੀਅਰ ਲਾਈਨ ਜਿਹੜੀ ਆ ਡਰਾ ਕਰਕੇ ਵੋਟਰਸ ਦੀ ਲੋਕਾਂ ਦੀ ਜਿਹੜੀ ਕਨਫਿਊਜ਼ਨ ਆ ਉਹਨੂੰ ਦੂਰ ਕਰਨਾ ਪਏਗਾ ਨਹੀਂ ਤਾਂ ਇਟਸ ਆ ਬਿਗ ਡੈਮੇਜ ਔਰ ਇਹ ਬੜਾ અનਫੋਰਚੂਨੇਟ ਆਈ ਐਮ ਨਾਟ ਹੈਪੀ ਐਟ 올 ਟੂ ਸੇ ਕਿ ਇਹ ਮੈਂ ਮਿਥ ਕਨਸੀਡਰ ਕੀਤਾ ਹੈ ਕਿ ਅਕਾਲੀ ਦਲ ਨੂੰ ਸਿੱਖਾਂ ਦੀ ਜਮਾਤ ਹੋ ਨਹੀਂ ਰਹੀ ਹੈ ਇਹਨੂੰ ਕਹਿਣ ਦੇ ਵਿੱਚ ਮੈਨੂੰ ਕੋਈ ਵੀ ਖੁਸ਼ੀ ਜਾਂ ਤਸੱਲੀ ਨਹੀਂ ਹੈ ਬਟ ਇਹ ਐਵਿਡੈਂਟ ਹੈ ਇਹ ਇਟਸ ਇਟਸ ਰਾਈਟ ਇਨ ਫਰੰਟ ਆਫ ਦਾ ਵਾਲ ਸਾਡੇ ਸਾਹਮਣੇ ਲਿਖਿਆ ਹੋਇਆ ਰਾਈਟ ਔਨ ਆਰ ਫੇਸ ਇਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਜਿੰਨਾ ਇਗਨੋਰ ਕਰਾਂਗੇ ਓਡੀ ਹੀ ਵੱਡੀਆਂ ਦਿੱਕਤਾਂ ਇਹਦੇ ਚੋਂ ਮੈਂ ਹੁਣ ਇਹਦੇ ਤੋਂ ਹੀ ਅਗਲਾ ਮਿਥ ਸਟਾਰਟ ਕਰਦੀ ਹਾਂ ਜਿਸ ਦੇ ਨਾਲ ਇਹ ਗੱਲ ਇਹ ਮਿਥ ਜਿਹੜਾ ਹੈਗਾ ਇਹ ਹੋਰ ਵੈਲਿਡ ਲੱਗੇਗਾ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਸੋਚਿਆ ਜਾਂਦਾ ਸੀਗਾ ਕਿ ਜਿਹੜੇ ਸਿੱਖ ਸ਼ਹੀਦ ਜਿਹੜੇ ਸਿੱਖ ਸਟਰਗਲ ਜਿਹੜਾ ਚੱਲਦਾ ਹੈ ਜਿਹਨੂੰ ਤੁਸੀਂ ਨੈਸ਼ਨਲ ਪ੍ਰੋਸਪੈਕਟਿਵ ਤੋਂ ਟੈਰਰਿਜ਼ਮ ਦਾ ਦੌਰ ਵੀ ਕਹਿ ਸਕਦੇ ਹੋ ਉਹਦੇ ਵਿੱਚ ਸ਼ਹੀਦ ਹੋਏ ਲੋਕਾਂ ਦਾ ਜਿਹੜਾ ਸੈਂਟੀਮੈਂਟ ਹੈ ਜਾਂ ਉਹਨਾਂ ਦੇ ਉਹਨਾਂ ਦਾ ਜਿਹੜਾ ਸੰਘਰਸ਼ ਦੀਆਂ ਕੁਰਬਾਨੀਆਂ ਸੀ ਉਹਦੇ ਬਾਰੇ ਹੁਣ ਟੋਟਲੀ ਪੰਜਾਬ ਭੁੱਲ ਚੁੱਕਾ ਹੈਗਾ ਤੇ ਅੱਗੇ ਵੱਧ ਚੁੱਕਾ ਹੈ ਇਹ ਮਿੱਥ ਵੀ ਟੁੱਟਦਾ ਹੈ ਕਿਉਂਕਿ ਜਿਸ ਤਰ੍ਹਾਂ ਸ਼ਹੀਦ ਬੈਂ ਸਿੰਘ ਹੋਣਾਂ ਦਾ ਬੇਟਾ ਫਰੀਦਕੋਟ ਤੋਂ ਇੰਡੀਪੈਂਡੈਂਟ ਬਹੁਤ ਵੱਡੀ ਜਿੱਤ ਹਾਸਲ ਕਰਦਾ ਔਰ ਸਭ ਤੋਂ ਵੱਡੇ ਮਾਰਜਿਨ ਦੇ ਨਾਲ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਮ੍ਰਿਤਪਾਲ ਸਿੰਘ ਚਾਹੇ ਅਮ੍ਰਿਤਪਾਲ ਸਿੰਘ ਜੀ ਦੀ ਕੁਰਬਾਨੀ ਉਸ ਲੈਵਲ ਦੀ ਨਹੀਂ ਹੈ ਜੋ ਸਰਬਜੀਤ ਸਿੰਘ ਖਾਲਸਾ ਦੀ ਹੈ ਪਰ ਦੋਨਾਂ ਦੇ ਲਈ ਜਿਹੜੀ سپورਟ ਅਮਰਜ ਹੁੰਦੀ ਹੈ ਇਟ ਇਸ ਸ਼ੋਇੰਗ ਅਸ ਕਿ ਉਹ ਸੈਂਟੀਮੈਂਟ ਗਾਇਬ ਜ਼ਰੂਰ ਸੀ ਉਹ ਦੱਬਿਆ ਹੋਇਆ ਸੀ ਉਹਨੂੰ ਰਿਪਰੈਜ਼ੈਂਟ ਕਰਨ ਦੇ ਲਈ ਜਦੋਂ ਲੋਕ ਅੱਗੇ ਨਿਕਲੇ ਨੇ ਤਾਂ ਉਹ ਇੱਕ ਸਿੰਪਥੀ ਦਾ ਵੋਟ ਉਹਨਾਂ ਕੁਰਬਾਨੀਆਂ ਦੇ ਲਈ ਆਈ ਐਮ ਐਮਫਸਾਈਜ਼ਿੰਗ ਸਿੰਪਥੀ ਵੋਟ ਉਹਨਾਂ ਕੁਰਬਾਨੀਆਂ ਦੇ ਲਈ ਨਿਕਲ ਕੇ ਸਾਹਮਣੇ ਆਇਆ ਔਰ ਜਿਹੜੀ ਇੱਕ ਸਮਾਲ ਇੰਡੀਵਿਜੂਅਲ ਫ੍ਰੈਗਮੈਂਟਡ ਪੰਥਕ ਵੇਵ ਆਪਾਂ ਨੂੰ ਨਜ਼ਰ ਆ ਰਹੀ ਹੈ ਫਰੀਦਕੋਟ ਐਂਡ ਖਡੂਰ ਸਾਹਿਬ ਦੇ ਵਿੱਚ ਇਹ ਉਹਦਾ ਹੀ ਨਤੀਜਾ ਹੈ ਔਰ ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਹਿਲੇ ਵਾਲਾ ਪੁਆਇੰਟ ਮੈਂ ਕਹਿ ਰਹੀ ਸੀ ਕਿ ਰਾਈਟ ਵਿੰਗ ਹੋਣਾ ਹੈ ਤੇ ਪ੍ਰੋਪਰਲੀ ਰਾਈਟ ਵਿੰਗ ਹੋਵੋ ਮੋਡਰੇਟ ਹੋਣਾ ਤਾਂ ਪ੍ਰੋਪਰਲੀ ਮੋਡਰੇਟ ਹੋਵੇ ਇਨ ਬੀਟਵੀਨ ਸਟਕ ਹੋਣ ਵਾਲੀ ਸ਼੍ਰੋਮਨੀ ਅਕਾਲੀ ਦਲ ਦਾ ਜਿਹੜਾ ਐਟੀਟਿਊਡ ਹੈ ਇਟ ਵਿਲ ਕੀਪ ਔਨ ਕਨਫਿਊਜ਼ਿੰਗ ਪੀਪਲ ਐਂਡ ਇਟ ਵਿਲ ਕੀਪ ਔਨ ਬੈਨੀਫਿਟਿੰਗ ਜਿਹੜਾ ਰੈਡੀਕਲ ਧਿਰਾਂ ਹੋਣਗੀਆਂ ਨੌਵੇਂ ਨੰਬਰ ਤੇ ਮੈਂ ਰੱਖਾਂਗੀ ਪੰਥਕ ਪੋਲਿਟਿਕਸ ਨਾਲ ਹੀ ਜੁੜਿਆ ਹੋਇਆ ਇੱਕ ਵਹਿਮ ਜਿਹੜਾ ਬਹੁਤ ਦੇਰ ਤੋਂ ਮਿਥ ਹੈਗਾ ਜਿਹੜਾ ਇੱਥੇ ਮਿਥ ਇਹ ਹੈ ਕਿ ਪੰਥਕ ਧਿਰਾਂ ਜਿਹੜੀਆਂ ਨੇ ਜਿਹੜੀ ਪੰਥਕ ਪੋਲਿਟਿਕਸ ਹੈ ਉਹ ਰੈਡੀਕਲ ਪੋਲਿਟਿਕਸ ਹੁੰਦੀ ਹੈ ਐਂਡ ਰੈਡੀਕਲ ਤੋਂ ਵੀ ਅੱਗੇ ਇਹਨੂੰ ਇੰਗਲਿਸ਼ ਦੇ ਵਿੱਚ ਵਾਟ ਇਜ਼ ਮੋਸਟਲੀ ਕਾਲਡ ਮਿਲੀਟੈਂਟ ਪੋਲਿਟਿਕਸ ਹੁੰਦੀ ਹੈ इस समय ये जोड़ा मिथ है वह टुटिया है इट इज़ एपसोल्यूटली पंथक पॉलिटिक्स मिलीटेंट पॉलिटिक्स के बराबर नहीं है दूसरा कि पंथक पॉलिटिक्स कंप्लीटली रेडिकल पॉलिटिक्स नहीं है क्योंकि हूँ तक जो सरबजीत खालसा दी फरीदकोट तो ਜਿੱਤੇ ਦਰਜ ਹੋਈ ਆ ਉਹਨਾਂ ਦੀ ਜਿਹੜੀ ਕੈਨਵਸਿੰਗ ਸੀ ਪੋਲੀਟੀਕਲ ਕੈਂਪੇਨ ਸੀ ਔਰ ਇਸੇ ਤਰ੍ਹਾਂ ਸ਼੍ਰੀ ਖਡੂਰ ਸਾਹਿਬ ਤੋਂ ਜਿਸ ਤਰ੍ਹਾਂ ਦੀ ਪੋਲੀਟੀਕਲ ਕੈਂਪੇਨ ਅਮਰਿਤਪਾਲ ਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦਾ ਪਰਿਵਾਰ ਤੇ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਉਹਨਾਂ ਦਾ ਪਰਿਵਾਰ ਜਿਹੜਾ ਲੀਡ ਕਰ ਰਿਹਾ ਸੀ ਉਹਦੇ ਵਿੱਚ ਕਿਤੇ ਵੀ ਆਪਾਂ ਨੂੰ ਰੈਡੀਕਲ ਐਂਡ ਮਿਲਿਟੈਂਟ ਵਿਚਾਰਤਾਰਾ ਵਾਲੀਆਂ ਗੱਲਾਂ ਸਾਹਮਣੇ ਨਹੀਂ ਆਈਆਂ ਸਾਰੀ ਦੀ ਸਾਰੀ ਕੈਂਪੇਨ ਦੇ ਵਿੱਚੋਂ ਜੋ ਵੱਡਾ ਮੈਸੇਜ ਗਿਆ ਹੈਗਾ ਉਹ ਇਹੀ ਗਿਆ ਹੈ ਸਿੰਪਥੀ ਦਾ ਤੇ ਹੱਕਾਂ ਦੀ ਗੱਲ ਕੇਂਦਰ ਦੇ ਵਿੱਚ ਜਾ ਕੇ ਰੱਖਣ ਦਾ ਇਹਨੂੰ ਇੱਕ ਤਰ੍ਹਾਂ ਦੇ ਨਾਲ ਆਪਾਂ ਇਸ ਪੰਥਕਤਾ ਨੂੰ ਉਹ ਰੈਡਿਕਲ ਉਹ ਮਿਲੀਟੈਂਟ ਸੋਚ ਵਾਲੀ ਪੰਥਕਤਾ ਨਾਲ ਲਾ ਕੇ ਦੇਖਣ ਵਾਲੀ ਜਿਸ ਤਰ੍ਹਾਂ ਨੈਸ਼ਨਲ মিডিਆ ਬਹੁਤ ਵੱਡੇ ਲੈਵਲ ਤੇ ਇਹਨੂੰ ਰੈਡਿਕਲ ਰੈਡਿਕਲਸ ਦਾ ਉਭਾਰ ਕਹਿ ਰਿਹਾ ਹੈਗਾ ਉਹਦੇ ਵਿੱਚ ਦੇਖਣਾ ਮੇਰੇ ਹਿਸਾਬ ਨਾਲ ਬਹੁਤ ਹੀ ਵੱਡਾ ਵਹਿਮ ਹੈ ਔਰ ਇਹਨਾਂ ਚੋਣਾਂ ਨੇ ਤੋੜਿਆ ਹੈ ਇਹਦਾ ਸਬੂਤ ਆਪਣੇ ਸਾਹਮਣੇ ਹੈ ਸਰਬਜੀਤ ਸਿੰਘ ਖਾਲਸਾ ਦੀ campaign ਬਹੁਤ ਵੱਡਾ ਇਮੋਸ਼ਨਲ ਐਂਗਲ ਸੀ ਉਹਨਾਂ ਦਾ ਕਿ ਕਿਵੇਂ ਉਹਨਾਂ ਦੀ ਪਰਿਵਾਰ ਦੀ ਉਹਨਾਂ ਦੇ ਪਰਿਵਾਰ 'ਚ ਕਿਵੇਂ ਮਦਰ ਵੀ ਉਹਨਾਂ ਦੇ ਬਿਮਲ ਕੌਰ ਖਾਲਸਾ ਜੀ ਦੀ ਵੀ ਮੌਤ ਤੋਂ ਬਾਅਦ ਕਿਸ ਤਰ੍ਹਾਂ ਉਹ ਇਕੱਲੇ ਰਹਿ ਕਿਸ ਤਰ੍ਹਾਂ ਜੀਵਨ ਕੱਟਿਆ ਐਂਡ ਇਸੇ ਤਰ੍ਹਾਂ ਹੀ ਅੰਮ੍ਰਿਤਪਾਲ ਦੇ ਕੇਸ ਨੂੰ ਵੀ ਲੈ ਕੇ ਕਿਉਂਕਿ ਮੇਜਰ ਸੈਕਸ਼ਨ ਇਨ ਪੰਜਾਬ ਇਹ ਮੰਨਣਾ ਪੈਗਾ ਆਪਾਂ ਨੂੰ ਕਿ ਜਿਹੜੀ NSA ਲੱਗੀ ਹੈ ਉਹ ਐਨਐਸਸੀ ਦੇ ਵਿਰੁੱਧ ਪੰਜਾਬ ਦੇ ਵਿੱਚੋਂ ਹਰ ਕੋਈ ਈਵਨ ਜਿਹੜੇ ਅੰਮ੍ਰਿਤਪਾਲ ਦੇ ਵਿਰੁੱਧ ਵੀ ਬੋਲਦੇ ਸੀ ਉਹਨਾਂ ਦਾ ਵੀ ਕਹਿਣਾ ਹੈ ਕਿ ਉਹ ਨਾਜਾਇਜ਼ ਹੈ ਔਰ ਜੋ ਅਸਲੀ ਉਹਦਾ ਇੱਕ ਤਰ੍ਹਾਂ ਦਾ ਕਰਾਇਮ ਸੀਗਾ ਉਸ ਕਰਾਇਮ ਦੇ ਤਾਂ ਉਸ ਉਸ ਕ੍ਰਿਮੀਨਲ ਆਫੈਂਸ ਦੇ ਤਾਂ ਕੋਈ ਵੀ ਜਾਂਚ ਪੜਤਾਲ ਹਜੇ ਅੱਗੇ ਨਹੀਂ ਵਧੀ ਹੈ ਸਿਰਫ ਔਰ ਸਿਰਫ ਜਿਹੜੀ ਪ੍ਰੀਵੈਂਟਿਵ ਡਿਟੈਂਸ਼ਨ ਵਾਲਾ ਐਨਐਸਏ ਵਰਗੇ ਕਾਨੂੰਨ ਲਗਾਏ ਨੇ ਉਹਦੇ ਖਿਲਾਫ ਲੋਕ ਖੜੇ ਹੋਏ ਨੇ ਬਿਕਾਉਜ਼ ਇਟ ਇਜ਼ ਅਗੇਨ ਰੈਪ੍ਰੈਜ਼ੈਂਟਿੰਗ ਜਿਹੜੇ ਸਿੱਖਾਂ ਦਾ ਪੁਰਾਣੇ ਸਮੇ ਦਾ ਉਹ ਜਿਹੜਾ ਹਰਟ ਸੈਂਟੀਮੈਂਟ ਸੀਗਾ ਅਖੀਰ ਦੇ ਵਿੱਚ ਜਿਹੜਾ 10ਵਾਂ ਮਿਥ ਇਨਾ ਇਲੈਕਸ਼ਨਾਂ ਦੇ ਵਿੱਚ ਟੁੱਟਿਆ ਹੈ ਉਹ ਹੈ ਕਿ ਡਾਇਸਪੋਰਾ ਦੀ ਸਿੱਖ ਪੋਲਿਟਿਕਸ ਦਾ ਡਾਇਸਪੋਰਾ ਦੀ ਸਿੱਖ ਪੋਲਿਟਿਕਸ ਨੇ ਬਹੁਤ ਲੰਬੇ ਸਮੇਂ ਤੋਂ ਕੈਨੇਡਾ ਅਮਰੀਕਾ ਜਿੱਥੇ-ਜਿੱਥੇ ਉਹ ਬੈਠੇ ਨੇ ਉੱਥੋਂ ਉਹਨਾਂ ਨੇ ਪੰਜਾਬ ਦੀ ਪੋਲਿਟਿਕਸ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਦਾ ਕੋਈ ਵੀ ਅਸਰ ਅੱਥੇ ਨਜ਼ਰ ਨਹੀਂ ਆ ਰਿਹਾ ਸਿੱਖ ਕਿਲਿੰਗਸ ਦਾ ਰੋਲਾ ਹਰਦੀਪ ਸਿੰਘ ਨੇ ਜਰ ਗੁਰਪਤਵਨ ਸਿੰਘ ਪੰਨੂ ਤੇ ਅਟੈਂਪਟ ਹੋਈ ਅਵਤਾਰ ਸਿੰਘ ਖੰਡਾ ਦੀ ਹੱਤਿਆ ਹਾਲਾਂਕਿ ਉਹ ਇੱਕ ਨੈਚੁਰਲ ਹੀ ਡੈਥ ਇਸ ਸਮੇਂ ਆਪਣੇ ਸਾਹਮਣੇ ਹੈ ਚਾਹੇ ਉਹਨੂੰ ਹੁਣ ਉੱਥੇ ਜਿਸ ਤਰ੍ਹਾਂ ਵੀ ਪ੍ਰੈਜ਼ੈਂਟ ਕੀਤਾ ਜਾਂਦਾ ਬਟ ਫੈਕਟਸ ਆਰ ਸਪੀਕਿੰਗ ਅਦਰਵਾਇਜ਼ ਸਿੱਖ ਸਿੱਖ ਦੀ ਕਿਲਿੰਗ ਜਿਹੜੀ ਆ ਚਾਹੇ ਪਾਕਿਸਤਾਨ ਚ ਹੋਇਆ ਚਾਹੇ ਨਾਰਥ ਅਮਰੀਕਾ ਦੇ ਵਿੱਚ ਆ ਉਹ ਇੱਥੇ ਇਨਾ ਚੋਣਾ ਦੇ ਵਿੱਚ ਕਿਤੇ ਵੀ ਵੱਡਾ ਲੋਕਾਂ ਦਾ ਮੁੱਦਾ ਨਹੀਂ ਬਣ ਪਾਈ ਈਵਨ ਐਂਡ ਈਵਨ ਫਰੀਦਕੋਟ ਐਂਡ ਖਡੂਰ ਸਾਹਿਬ ਦੇ ਵਿੱਚ ਵੀ ਸਿੱਖ ਕਿਲਿੰਗਸ ਦਾ ਉਹ ਵੱਡਾ ਮਸਲਾ ਨਹੀਂ ਬਣ ਪਾਇਆ ਜਿਹਦੇ ਵਿੱਚ ਮੋਦੀ ਨੂੰ ਬਲੇਮ ਕੀਤਾ ਜਾ ਰਿਹਾ ਸੀ ਕੰਟੀਨਿਊਸਲੀ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖਾਂ ਦੇ ਵੱਲੋਂ ਸਿੱਖ ਪੋਲਿਟਿਕਸ ਦੇ ਵੱਲੋਂ ਇਹਦੇ ਵਿੱਚ ਕੋਈ ਦੋਰਾਈ ਨਹੀਂ ਹੈਗੀ ਬਹੁਤ ਵੱਡੇ ਅਲੀਗੇਸ਼ਨਸ ਉੱਥੋਂ ਲੱਗੇ ਨੇ ਕੈਨੇਡਾ ਨੇ ਅਲੀਗੇਸ਼ਨ ਬਹੁਤ ਵੱਡੇ ਲਾਏ ਨੇ ਜ਼ਾਹਿਰ ਜੀ ਗੱਲ ਹੈ ਉਹਦੇ ਪਿੱਛੇ ਬਹੁਤ ਵੱਡਾ ਆਧਾਰ ਹੋਏਗਾ ਮੁੰਡੇ ਅਰੈਸਟ ਵੀ ਕਰ ਲਏ ਗਏ ਨੇ ਅਮਰੀਕਾ ਨੇ ਵੀ ਬਹੁਤ ਵੱਡੇ ਸਬੂਤਾਂ ਦੇ ਨਾਲ ਹੀ ਇੱਕ ਤਰ੍ਹਾਂ ਦੀਆਂ ਅਲੀਗੇਸ਼ਨਸ ਅੱਗੇ ਰੱਖੀਆਂ ਨੇ ਪਰ ਉਹ ਕੇਸ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਬਹੁਤ ਵੱਡਾ ਨਹੀਂ ਬਣ ਪਾਇਆ ਔਰ ਰਾਦਰ ਆਪਾਂ ਕੀ ਦੇਖ ਰਹੇ ਆ ਕਿ ਬੀਜੇਪੀ ਬਹੁਤ ਵੱਡੇ ਮਾਰਜਿਨ ਦੇ ਨਾਲ ਵੋਟ ਸ਼ੇਅਰ ਦੇ ਵਿੱਚ ਬਹੁਤ ਵੱਡਾ ਵੋਟ ਸ਼ੇਅਰ ਲੈ ਕੇ ਅੱਗੇ ਨੂੰ ਵਾਧੀ ਪੰਜਾਬ 'ਚ ਆਪਣਾ ਆਧਾਰ ਜਿਹੜਾ ਹੈ ਉਹ ਦਿਖਾਉਂਦੀ ਹੋਈ ਸਾਡੇ ਸਾਹਮਣੇ ਹੈ ਮੈਂ ਵੈਸੇ ਇਸ ਵੀਡੀਓ ਦੇ ਵਿੱਚ ਕੁਝ ਹੋਰ ਗੱਲਾਂ ਵੀ ਐਡ ਕਰਨਾ ਚਾਹੁੰਦੀ ਸੀ ਐਨਾਲਿਸਿਸ ਦੀਆਂ ਮੈਂ ਉਸ ਨੂੰ ਕੱਲ ਦੀ ਵੀਡੀਓ ਤੇ ਰੱਖਾਂਗੀ ਕੱਲ ਨੂੰ ਮੈਂ ਜਿਹੜੀ ਵੀਡੀਓ ਲੈ ਕੇ ਆਵਾਂਗੀ ਉਹਦੇ ਵਿੱਚ ਮੈਂ ਇਲੈਕਸ਼ਨਸ ਦਾ ਐਨਾਲਿਸਿਸ ਕਰਾਂਗੀ ਇਹ ਵੀਡੀਓ ਬਹੁਤ ਲੰਬੀ ਹੋ ਜਾਏਗੀ ਇਹ ਜਿਹੜੇ 10 ਮੇਥਾਪਾ ਨੂੰ ਪੰਜਾਬ ਦੇ ਚੋਣ ਸਿਨੈਰੀਓ ਦੇ ਵਿੱਚੋਂ ਨਜ਼ਰ ਆਏ ਨੇ ਮੈਨੂੰ ਲੱਗਦਾ ਕਿ ਇਹ ਬਹੁਤ ਮਹੱਤਵਪੂਰਨ ਹੈ ਮੇਰੀ ਆਡੀਅנס ਲਈ ਸਮਝਣ ਦੇ ਲਈ ਔਰ ਪੰਜਾਬ ਦੀ ਪੂਰੀ ਰਾਜਨੀਤੀ ਨੂੰ ਸਮਝਣ ਦੇ ਲਈ ਕਿ ਕਿਵੇਂ ਮੈਨੂਫੈਕਚਰਡ ਨੈਰੇਟਿਵ ਜਿਹੜੇ ਹੁੰਦੇ ਆ ਚੋਣਾਂ ਦੇ ਦੌਰਾਨ ਉਹ ਕਿਵੇਂ ਝੂਠੇ ਪੈਂਦੇ ਨੇ ਜਦੋਂ ਨਤੀਜੇ ਆਉਂਦੇ ਨੇ ਕੱਲ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਊਗੀ ਆਉਣ ਵਾਲੇ ਦਿਨਾਂ ਔਰ ਇਹ ਪੂਰੇ ਹਫਤੇ ਦੇ ਵਿੱਚ ਜਿਹੜੀਆਂ ਮੇਰੀਆਂ ਵੀਡੀਓਜ਼ ਆਉਣਗੀਆਂ ਹੋ ਸਕਦਾ ਇੱਕ ਦਿਨ ਦੇ ਵਿੱਚ ਦੋ ਵੀਡੀਓਜ਼ ਵੀ ਪਾਵਾਂ ਅਜੇ ਤੱਕ ਮੈਂ ਕਦੀ ਦੋ ਵੀਡੀਓਜ਼ ਇੱਕ ਦਿਨ 'ਚ ਨਹੀਂ ਪਾਈਆਂ ਕੋਸ਼ਿਸ਼ ਹੋਊਗੀ ਕਿ ਮੈਂ ਇਸ ਦੋ ਵੀਡੀਓਜ਼ ਵੀ ਪੰਜਾਬ ਦੇ ਇਲੈਕਸ਼ਨ ਅਨਾਲਿਸਿਸ ਤੇ ਜਾਂ ਪੂਰੇ ਦੇਸ਼ ਪੱਧਰ ਦੀ ਰਾਜਨੀਤੀ ਤੇ ਅਪਲੋਡ ਕਰਾ ਇੱਕ ਖਾਸ ਪਲੇਲਿਸਟ ਜਿਹੜੀ ਆ ਲੱਗ ਤੋਂ ਇਲੈਕਸ਼ਨ ਐਨਾਲਿਸਿਸ ਜਾਂ ਇਲੈਕਸ਼ਨ 2020 2024 ਦੇ ਮੈਂ ਤੁਹਾਡੇ ਸਾਹਮਣੇ ਪਲੇਲਿਸਟ ਵੀ ਬਣਾਦਾ ਮੈਨੂੰ ਉਮੀਦ ਹੈਗੀ ਹੈ ਕਿ ਇਹਦੇ ਵਿੱਚ ਜੋ ਵੀ ਤੁਹਾਡੇ ਵਿਚਾਰ ਹੋਣਗੇ ਜੋ ਵੀ ਤੁਹਾਡਾ ਰਿਸਪਾਂਸ ਹੋਏਗਾ ਡੈਮੋਕ੍ਰੇਸੀ ਹੈ ਲੋਕਾਂ ਦੀ ਤਾਕਤ ਜਿਹੜੀ ਆ ਉਹ ਇਸ ਸਮੇਂ ਆਪਣੇ ਸਾਹਮਣੇ ਆਈ ਹੈ ਕਿ ਕਿਵੇਂ ਮਾਹੌਲ ਬਦਲਦੀ ਆ ਸੋ ਆਈ ਹੋਪ ਤੁਹਾਡੇ ਕਮੈਂਟਸ ਜਿਹੜੇ ਨੇ ਇਟ ਵਿਲ ਇਨਕਰੇਜ ਮੀ ਔਰ ਇਹਦੇ ਵਿੱਚ ਜਿਹੜੀ ਵੈਲਿਊਏਬਲ ਨੋਲਿਜ ਹੈ ਉਹ ਤੁਸੀਂ ਐਡ ਕਰੋਗੇ ਥੈਂਕ ਯੂ ਸੋ ਮਚ ਫੋਰ ਵਾਚਿੰਗ ਮੀ ਟੂਡੇ